just a new day. ਚੱਲ ਦੇਖੋ ਟਾਹ ਟੂਰ ਮੁੰਡੇ ਦੀ ਸੈਟਨ ਅਤੇ ਗੱਡੀ ਗੁੱਡੀ ਧੋਤੀ ਪਈ ਆ ਪੂਰੀ ਤਿਆਰ ਤਿਆਰ ਹੋ ਗਏ ਹਾਂ ਚੱਲੇ ਆਪਾਂ ਵਿਆਹ 'ਤੇ ਠੀਕ ਆ ਮਿਲਦੇ ਹਾਂ ਫਿਰ ਤੁਹਾਨੂੰ ਵਿਆਹ 'ਤੇ ਜਾ ਕੇ ਉਹ ਚੱਲੇ ਆ ਮੈਨੂੰ ਅੰਦਰ ਤੁਹਾਨੂੰ ਤਾਂ ਨਹੀਂ ਬਾਹਲਾ ਦਿਖਾ ਸਕੇ ਕਿਉਂਕਿ ਬਾਈ ਕਲੇਮ ਆ ਜਾਂਦਾ ਬਾਅਦ 'ਚੋਂ ਗਾਣੇ ਚੱਲਦੇ ਸੀ ਨਾ ਅਤੇ ਕਲੇਮ ਲਾ ਦਿੰਦੇ ਹੁੰਦੇ ਆ ਫਿਰ ਕਾਪੀਰਾਈਟ ਕਲੇਮ ਆ ਜਾਂਦਾ ਹੁੰਦਾ ਅਤੇ ਆਹ ਦੇਖੋ ਬਾਹਰੋਂ ਮਾਹੌਲ ਤੁਹਾਨੂੰ ਸਾਰਾ ਦਿਖਾ ਦਿੰਦੇ ਆਪਾਂ ਉਹ ਚੱਲੇ ਉੱਧਰ ਦੀ ਠੀਕ ਆ ਵਿੱਚੋਂ ਤਾਂ ਉਦੋਂ ਵੀ ਸਿਰਾ ਪਰ ਫਿਰ ਵੀ ਹੁਣ ਕਲੇਮ ਆ ਜਾਂਦਾ ਹੁੰਦਾ ਲਓ ਸਾਰਾ ਮਾਹੌਲ ਵੇਖੋ ਠੀਕ ਹੈ ਨਾ ਓਕੇ ਚਲੋ ਫਿਰ ਮਿਲਦੇ ਅੱਗੇ ਨਹੀਂ ਤਾਂ ਉਹ ਦੇਖੋ ਉੱਧਰ ਨਾ ਉਹ ਬਾਈ ਆਇਆ ਵਾ ਮਿੰਟੂ ਉਹ ਵੇਖੋ ਵੇਖੋ ਉਹ ਦੇਖੋ ਦੇਖੋ ਠੀਕ ਹੈ ਨਾ ਕੋਲੇ ਜਾ ਉੱਠ ਗਏ ਦੇਖੋ ਬਾਈ ਬਾਈ ਹੁਣੀ ਆਏ ਵੀ ਆ ਅਤੇ ਬਾਈ ਨਾ ਫੋਟੋ ਕਰਦੇ ਆਪਾਂ ਇੱਕ ਮਿੰਟ ਖੜ੍ਹ ਜਾਓ ਲਓ ਬਾਈ ਅਤੇ ਬਾਈ ਹੁਣੀ ਚੱਲੇ ਆ ਕਾਫੀ ਟਾਈਮ ਆ ਅਤੇ ਸਾਰਾ ਦਿਨ ਲੰਘ ਗਿਆ ਇੱਥੇ ਹੀ ਅਤੇ ਆਹ ਬੰਦੇ ਆਪਣੇ ਨਾਲ ਆਏ ਇੱਕ ਆਹ ਇੱਕ ਆਹ ਬਹੁਤ ਵਧੀਆ ਬੰਦਾ ਆਹ ਵੀ ਬਹੁਤ ਵਧੀਆ ਬੰਦਾ ਆਹ ਵੀ ਬੰਦਾ ਵਧੀਆ ਆਏ ਆ ਮਾੜੇ ਤੱਕ ਵੀ ਨਹੀਂ ਗਾ ਆਉਣ ਦਾ ਟਾਈਮ ਹੋ ਗਿਆ ਬੱਬੇ ਅਤੇ ਆਪਾਂ ਚੱਲਦੇ ਹਾਂ ਘਰੇ ਅਤੇ ਆਪਾਂ ਲੈ ਰਹੇ ਹਾਂ ਬਲਬ ਲਈ ਪੰਗੇ ਲਵਾਂਗੇ ਬਲਬਲਾ ਲੈ ਕੇ ਚੱਲਦੇ ਹਾਂ ਠੀਕ ਆ ਕਿੰਨੇ ਦਾ ਬਲਬਲਾ ਉਹ ਫ੍ਰੀਜ ਆ ਹੱਥ ਬਰੇ ਕਰਕੇ ਬੋਲ ਹੱਥ ਬਰੇ ਕਰਕੇ ਬੋਲ ਆਏ ਨਹੀਂ ਫਿਰ ਨਹੀਂ ਆਏ ਨਹੀਂ ਫਿਰ ਹੱਥ ਬਰੇ ਕਰਕੇ ਬੋਲ ਫਿਰ ਮੈਂ ਹੁਣੇ ਲੈ ਲੂੰਗਾ ਹੁਣੇ ਲੈ ਲੂੰਗਾ ਨਾ ਲਵਾਂ ਚੱਲ ਠੀਕ ਆ ਫਿਰ ਬਈ ਇਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਜੀ ਕੀ ਲੈਣਾ ਦੱਸ ਦੱਸ ਮੈਂ ਦੁਕਾਨ ਲਾਈ ਆ ਫ੍ਰੀ ਆ ਲੈ ਆ ਦੋ ਹੈਗੇ ਆ ਲੈ ਜਾ ਜੇਬ ਚਾਹੀਦਾ ਉਹ ਜੇ ਉਹ ਨਹੀਂ ਪਤਾ ਇਹ ਨਹੀਂ ਆ ਬੜਬੜਾ ਲੈ ਲਾ ਨਹੀਂ ਚੱਕ ਫਿਰ ਤੂੰ ਉੱਠ ਕੇ ਕਸਟਮਰ ਨਹੀਂ ਦੇਖਦਾ ਯਾਰ ਗਲਤ ਕਰ ਲੈ ਤੂੰ ਆਹ ਕਿੰਨੇ ਦਾ ਵੀਹਾਂ ਦਾ ਕਿੰਨੇ ਦਾ ਅੱਸੀਆਂ ਦਾ ਸਪਿਨਰ ਦਾਣੇ ਦੂਣੇ ਚੱਕ ਵੇਖ ਲਾ ਚੈੱਕ ਕਰ ਲਾ ਇਹਨੂੰ ਬਸ ਤਾੜ ਦੇ ਫਿਰ ਇੱਧਰ ਤਾੜ ਦੇ ਤੇ ਇਹਨਾਂ ਨੇ ਦਾਣੇ ਦੂਣੇ ਪਾ ਦੇ ਬੰਦੇ ਦਾ ਬਾਹਲੇ ਸਿਆਣੇ ਆ ਉਹੀ ਗਾਲਾਂ ਕੱਢਦੇ ਆਪਾਂ ਇਹਨਾਂ ਨੂੰ ਪਰ ਬੰਦੇ ਸਿਆਣੇ ਆ ਫਿਰ ਕੋਈ ਨਹੀਂ ਗਾਲਾਂ ਬੰਦ ਗਾ ਹੁਣ ਤੈਨੂੰ ਮੈਂ ਦੱਸ ਦਿੰਦਾ ਦੀ ਕਰਤੂਤ ਕਰਤੂਤ ਨੇ ਇਹਨੇ ਬੱਚਾ ਮਾਰਤਾ ਇਹਨੇ ਤੇ ਲੱਫੜ ਇੱਧਰ ਛੱਡ ਦੇ ਉਹ ਇੱਧਰ ਛੱਡਿਆ ਰਹਿੰਦੇ ਕੋਈ ਨਾ ਤੇ ਉਹਨਾਂ ਨੂੰ ਛੱਡਤਾ ਵੈਰੀ ਗੁੱਡ ਆਹ ਭੱਠੀ ਨਵੀਂ ਲਿਆਂਦੀ ਹੈ ਉਹ ਬੈਠੀ ਜਿਹੜੀ ਕਾਲੀ ਪੂਛ ਵਾਲੀ ਜੋੜਾ ਲਾ ਉਹਨੂੰ ਵਜਾਵਾਂਗੇ ਆਪਾਂ ਵੈਸੇ ਵੀ ਇਹਨੂੰ ਨਾ ਇਹਨੂੰ ਪਾਸੇ
ਸਾਹਮਣੇ ਰੱਖਿਆ ਉਹ ਸਾਹਮਣੇ ਵਾਲੇ ਚ ਬੱਚੇ ਕੋਲ ਛੇਤੀ ਛੇਤੀ ਰੱਖਿਆ ਜਾ ਕੇ ਇਹਨੂੰ ਇੱਥੇ ਬਾਹਰ ਇਹਨਾਂ ਨੂੰ ਦਾਣੇ ਪਾਣੀ ਖਵਾਈ ਗਿਆ ਆਪਾਂ ਮਟੀਰੀਅਲ ਇਹਦਾ ਮਰ ਗਿਆ ਇੱਧਰ ਸਾਹਮਣੇ ਤੇ ਲਓ ਬਈ ਇਹਨਾਂ ਨੂੰ ਆਪਾਂ ਦਾਣੇ ਪਾਣੀ ਦਈਏ ਫਿਰ ਮਿਲਦੇ ਹਾਂ ਬਾਅਦ ਚ ਆਪਾਂ ਹੁਣ ਫਿਰ ਤਾਸ਼ ਖੇਡਣ ਲੱਗਿਆ ਵੀ ਲੋ ਬਈ ਤੇ ਜਮਾਂ ਰਾਤ ਹੋ ਚੁੱਕੀ ਹੈ ਠੀਕ ਹੈ ਰਾਤ ਤੁਹਾਨੂੰ ਮੈਂ ਦਿਖਾਉਣਾ ਕੀ ਹੈ ਮੈਂ ਤੁਹਾਨੂੰ ਇਹ ਦੱਸ ਦੇਣਾ ਰੁਕ ਜਾਓ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਗਾ ਦੱਸਣਾ ਤੁਹਾਨੂੰ ਮੈਂ ਇਹ ਚਾਹੁੰਦਾ ਗਾ ਕਿ ਇੱਕ ਮਿੰਟ ਖੜ ਜਾਓ ਮੇਰੇ ਤਾਂ ਇੱਧਰ ਨਾ ਬੰਦ ਕਰ ਗਏ ਇੱਧਰ ਫਿਰ ਆਂਡੇ ਧਰ ਦਿੰਦੇ ਨਹੀਂ ਇਹਨਾਂ ਨੇ ਇੱਧਰੋਂ ਕਰ ਦੇ ਬੰਦ ਆ ਚੁੱਕੋ ਠੀਕ ਆ ਹੁਣ ਆਹ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਜਿਹੜਾ ਬਾਹਰ ਰਹਿ ਕੇ ਆਇਆ ਵਾ ਉਹ ਪਾਣੀ ਨਹੀਂ ਭਰਿਆ ਨਹੀਂ ਪਾਣੀ ਨਹੀਂ ਪੀਤਾ ਪਾਣੀ ਕਿਵੇਂ ਰੱਖਿਆ ਅੱਧੇ ਜਵਾਕਾਂ ਨੇ ਡੁੱਲਾਂ 'ਤੇ ਰੱਖਿਆ ਪਿਆ ਪੀਲਾ ਪੀਲਾ ਪੀਂਦਾ ਪੀਂਦਾ ਵੇਖੋ ਚੱਲ ਇਹਨੂੰ ਮੈਂ ਪਾਣੀ ਤੁਹਾਨੂੰ ਮੈਂ ਦੱਸਦਾ ਕਿ ਦੱਸਣਾ ਅੱਛਾ ਅੱਛਾ ਜਿਵੇਂ ਹੁਣ ਇਹਨੂੰ ਬਾਹਰ ਕੱਢ ਆਹ ਜੋੜਾ ਵਾ ਆਹ ਜੋੜਾ ਇੱਥੇ ਨਹੀਂ ਸੀਗਾ ਇਹ ਸੀਗਾ ਇੱਥੇ ਕਿੱਧਰ ਗਿਆ ਉਹ ਬਣ ਗਿਆ ਇੱਧਰ ਦੀ ਆ ਗਿਆ ਉੱਧਰ ਕਿੱਧਰ ਗਿਆ ਉਹ ਆ ਗਿਆ ਅਤੇ ਆਹ ਜੋੜਾ ਸੀਗਾ ਆਹ ਛੱਡਤਾ ਆਪਾਂ ਆਹ ਚੱਕ ਲਈ ਜਾਲੀ ਅਤੇ ਇਹ ਆਹ ਲਾਤੀ ਇੱਥੇ ਠੀਕ ਆ ਸਮਝ ਗਏ ਨਾ ਹੁਣ ਇਹ ਆਂਡੇ ਆਪਾਂ ਇਹਦੇ 'ਚ ਹੀ ਧਰਾਉਣੇ ਇਹਨਾਂ ਤੋਂ ਸਮਝ ਗਏ ਕਿ ਨਹੀਂ ਸਮਝੇ ਓਕੇ ਆ ਨਾ ਕੰਮ ਆਹ ਜੋੜਾ ਕਬੂਤਰ ਇੱਥੇ ਇਹਦੇ ਨਾਲ ਦੀ ਕਬੂਤਰੀ ਆ ਬੈਠੀ ਆ ਇਹ ਆਹ ਲਾ ਬਾਈ ਆਹ ਲਾਤੀ ਇੱਥੇ ਆਹਦਾ ਜਾਲੀ ਆਪਾਂ ਹੋਰ ਸਾਫ਼ ਸੁਥਰੀ ਵਧੀਆ ਲਿਆਵਾਂਗੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਰੋ ਹਜੇ ਆਪਣਾ ਬਜਟ ਹੈ ਨਹੀਂ ਇੰਨਾ ਬਜਟ ਹੈ ਨਹੀਂ ਆਪਣਾ ਸਮਝ ਗਏ ਕਿ ਨਹੀਂ ਸਮਝੇ ਹੁਣ ਰਹਿ ਗਿਆ ਇੱਕ ਜੋੜਾ ਇੱਕ ਜੋੜਾ ਕਿਹੜਾ ਰਹਿ ਗਿਆ ਆਹ ਜੋੜਾ ਰਹਿ ਗਿਆ ਇਹ ਵੀ ਛੱਡਣਾ ਸੀ ਅਪ ਅਤੇ ਇਹਨੂੰ ਇੱਥੇ ਛੱਡ ਦਿੰਦੇ ਹਾਂ ਅਸੀਂ ਨਾ ਹਾਂ ਅਤੇ ਇਹਦੇ ਨਾਲ ਕਬੂਤਰੀ 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 ਆ ਰਹਿ ਗਈ ਆ ਰਹਿ ਗਈ ਬਈ ਠੀਕ ਹੈ ਨਾ ਅਤੇ ਆ ਚੱਕੋ ਬਈ ਠੀਕ ਆ ਅਤੇ ਉਹ ਜਿਹੜੀ ਆਪਣੀ ਨਵੀਂ ਪੱਠੀ ਹੋਈ ਹੈ ਨਾ ਨਹੀਂ ਨਹੀਂ ਸੱਚ ਦਾ ਕਬੂਤਰ ਆਪਣਾ ਵੱਡਾ ਆਹ ਜੋੜਾ ਲੱਗਿਆ ਹੋਇਆ ਇਹਦਾ ਅਤੇ ਇਹਨਾਂ ਵਾਸਤੇ ਆਪਾਂ ਬਣਾਇਆ ਸੀ ਜਾਲੀ ਬਣਾਈ ਸੀ ਇੱਥੇ ਲਾਊਗੀ ਇੱਥੇ 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 ਇਹਨਾਂ ਦੀ ਵੀ ਜਾਲੀ ਪਈ ਆਪਣੇ ਕੋਲ ਚੱਲ ਆਪਾਂ ਜਾਲੀਆਂ ਜੁੜੀਆਂ ਸਾਰੀਆਂ ਸੈੱਟ ਕਰਕੇ ਲਾਵਾਂਗੇ ਕਿਹੜਾ ਇਹਦਾ ਮਤਲਬ ਕਿਹੜਾ ਆਪਾਂ ਆਰ ਜੀ ਵਾਲਾ ਕੰਮ ਹੀ ਕੀਤਾ ਵਾ ਸੀ ਹੈ ਨਾ ਐਂ ਵੀ ਨਾ ਕਿਹਾ ਉਹ ਵੀ ਕਿਤੇ ਐਂ ਸਵਾਰਤਾ ਚੱਕੋ ਲੋਕ ਹੋ ਗਿਆ ਕੰਮ ਆਹ ਵੀ ਲੋਕ ਹੋ ਗਿਆ ਅਤੇ ਆਹ ਵੀ ਲੋਕ ਹੋ ਗਿਆ ਆਹ ਵੀ ਲੋਕ ਹੋ ਗਿਆ ਓਕੇ ਸਾਰਾ ਲੋਕ ਹੋ ਗਿਆ ਠੀਕ ਆ ਡਨ ਹੋ ਗਿਆ ਨਾ ਅਤੇ ਆਹ ਬੱਚਾ ਸੈੱਟ ਆ ਸੈੱਟ ਆ ਸੈੱਟ ਆ ਬੱਚਾ ਸਵੇਰੇ ਆਪਾਂ ਬਚਾਉਣਾ ਸੀਗਾ ਬਾਈ ਪਤਾ ਕਿਵੇਂ ਇਹ ਸਵੇਰੇ ਸੈਡ 'ਤੇ ਪਿਆ ਸੀਗਾ ਹੋਇਆ ਇੱਥੇ ਅਤੇ ਫਿਰ ਉਹਨੂੰ ਉੱਧਰ ਆਪਣੇ ਜਗਾਲਮੈਂਟ 'ਚ ਰੱਖਿਆ ਅਤੇ ਆਹ ਬੱਚੇ ਅੱਜ ਕੱਢੇ ਤੁਹਾਨੂੰ ਆਹ ਦੇਖੋ ਨਿੱਕੇ ਨਿੱਕੇ ਇਹ ਆਹ ਜੋੜੇ ਦੇ ਬੱਚੇ ਆਹ ਜੋੜੇ ਦੇ ਅਤੇ ਆਪਣਾ ਇੱਧਰ ਵੀ ਸਵੇਰੇ ਇੱਟਾਂ ਲਾਉਣੀਆਂ ਇੱਥੇ ਪਿੱਛੇ ਆਹ ਇਹ ਚੀਜ਼ 'ਤੇ ਠੀਕ ਆ ਕੱਲ੍ਹ ਇੱਧਰ ਜਿਵੇਂ ਐਕੀ ਲਾਈ ਵੀ ਇੱਧਰ ਲਾਵਾਂਗੇ ਇੱਧਰ ਲਾਵਾਂਗੇ ਆ ਸਾਰਾ ਸੈੱਟ ਕਰਾਂਗੇ ਪੂਰਾ ਜਗਾਨ ਕੱਲ੍ਹ ਨੂੰ ਘੈਂਟ ਕਰਾਂਗੇ ਓਕੇ ਨਾ ਅਤੇ ਹੁਣ ਆਪਾਂ ਥੋੜ੍ਹਾ ਥੰਮਲਾਂ ਨੂੰ ਬਣਾ ਲਈਏ ਥੰਮਲਾਂ ਚੱਕ ਹੋਈ ਆ ਕਬੂਤਰੀ ਆ ਕਬੂਤਰੀ ਆ ਇਹ ਸੱਚ ਜੋੜਾ ਕਿੱਧਰ ਇਹ ਕਬੂਤਰੀ ਕਿੱਧਰ ਆ ਗਈ ਇਹ ਕਬੂਤਰੀ ਕਿਹੜੀ ਆ ਚਿੱਟੀਆਂ ਅੱਖਾਂ ਵਾਲੀ ਕਬੂਤਰੀ ਤਾਂ ਕਬੂਤਰ ਕਿਹੜਾ ਫਿਰ ਇਹਦੇ ਨਾਲ ਦਾ ਇਹਦੇ ਨਾਲ ਦਾ ਕਬੂਤਰ ਕਿਹੜਾ ਫਿਰ ਆਪਣੇ ਕੋਲ ਆਪਾਂ ਕਬੂਤਰੀ ਫਿਰ ਮੈਨੂੰ ਯਾਦ ਨਹੀਂ ਹੁੰਦਾ ਕਬੂਤਰ ਫਿਰ ਜੋੜਾ ਗਲਤ ਨਾ ਲੱਗ ਜਾਏ ਅਤੇ ਫਿਰ ਕਬੂਤਰ ਆਪਾਂ ਉੱਧਰ ਹੀ ਛੱਡ ਦਿੰਦੇ ਹਾਂ ਆਹ ਦੇਖੋ ਇੱਧਰ ਦੀ ਜਗਾੜ ਵੀ ਬਣਾਇਆ ਆਪਣਾ ਛੱਡਣ ਨੂੰ ਅਤੇ ਆਏ ਇੱਧਰ ਚੱਲ 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 ਬਾਈ ਸਾਹਿਬ ਚੱਲ ਵੈਰੀ ਗੁੱਡ ਠੀਕ ਆ ਆਹ ਆਪਣਾ ਪੱਠਾ ਇਹਨੂੰ ਸੱਚ ਪਾਣੀ ਦੇ ਕੇ ਛੱਡਦੇ ਹਾਂ ਬਾਹਰੋਂ ਬਾਹਰੋਂ ਛੱਡਦੇ ਆਪਾਂ ਕੋਈ ਚੱਕਰ ਨਹੀਂ ਅਤੇ ਦਾਣੇ ਦੂਣੇ ਚੱਕਣੇ ਹਾਲੇ ਕਿਉਂਕਿ ਰਾਤ ਨੂੰ ਆਪਾਂ ਸਾਨੂੰ ਪਤਾ ਹੀ ਆ ਵੀ ਕਿ ਨਹੀਂ ਪਾਉਂਦੇ ਹੁੰਦੇ ਸਾਰੇ ਵੀ ਇੱਧਰ ਵੀ ਮੈਂ ਦੇਖ ਲਾ ਮਾੜੇ ਕੁ
ਇਹਨੂੰ ਵੀ ਇੱਧਰ ਹੀ ਛੱਡਾਂਗੇ ਆਪਾਂ ਕਿਹੜਾ ਪਾਣੀ ਮੈਂ ਐਂ ਕਰਦਾ ਆਪਾਂ ਛੱਡ ਦਿੰਦੇ ਇੱਥੇ ਆਪਾਂ ਸਰੈਂਜ ਲਿਆਉਣੇ ਆ ਅਤੇ ਆਪਾਂ ਸਰੈਂਜ ਲਿਆਉਂਦੀ ਆ ਬਾਬੇ ਠੀਕ ਆ ਅਤੇ ਆਪਾਂ ਹੁਣ ਇਹਨਾਂ 'ਚੋਂ ਚੈੱਕ ਕਰ ਕਰ ਬੱਚਿਆਂ ਨੂੰ ਪਾਣੀ ਦੇ ਦੇਈਏ ਜਿਹੜੇ ਜਿਹੜੇ ਨੇ ਪਾਣੀ ਨਹੀਂ ਲਿਆ ਕਈ ਵਾਰੀ ਹੋਇਆ ਜਾਂਦਾ ਵਾ ਵੱਡੇ ਬੱਚੇ ਵੀ ਪਾਣੀ ਨਹੀਂ ਲੈਂਦੇ ਅਤੇ ਜਿਵੇਂ ਆਹ ਬੈਠਾ ਨਾ ਆਹ ਜਿਵੇਂ ਇਹ ਅਰਗੇ ਨੇ ਅਤੇ ਮੈਂ ਸਾਰਿਆਂ ਨੂੰ ਦੇਦਾ ਪਾਣੀ ਓਕੇ ਅਤੇ ਫਿਰ ਆਪਾਂ ਤੁਹਾਨੂੰ ਹੁਣ ਸੁਬਾਹ ਮਿਲਦੇ ਹਾਂ ਬਾਏ ਬਈ ਕਹਿਰ ਹੋਇਆ ਪਿਆ ਸਿਰਾ ਹੋਇਆ ਪਿਆ ਅਤੇ ਧੁੰਦ ਬਹੁਤ ਹੈ ਕਿੰਨੀ ਠੰਡ ਹੋ ਗਈ ਬਾਬਾ ਵੇਖ ਲਓ ਧੁੱਪ ਨਿਕਲੀ ਆਉਂਦੀ ਹੁੰਦੀ ਆ ਇਸ ਵੇਲੇ ਨਹੀਂ ਤਾਂ ਵੇਖ ਲਓ ਕਿੰਨਾ ਟਾਈਮ ਹੋ ਗਿਆ 8:30 ਹੋ ਗਏ ਕਿੰਨੀ ਧੁੱਪ ਨਿਕਲੀ ਹੁੰਦੀ ਆ ਕੈੜੀ 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 'ਤੇ ਆਹ ਦੇਖੋ ਤੁਹਾਨੂੰ ਇੱਕ ਯਾਰ ਹੋਰ ਦੱਸਦਾ ਆਹ ਦੇਖੋ ਬੱਚਾ ਜਿਹੜਾ ਆਪਾਂ ਕੱਲ੍ਹ ਉੱਧਰ ਰੱਖਿਆ ਇਹਨੂੰ ਮਰ ਗਿਆ ਜੀ ਯਾਰ ਕਿਉਂਕਿ ਬਈ ਠੰਡ ਸੀਗੀ ਅਤੇ ਠੰਡ ਇਹਨਾਂ ਨੇ ਬਾਹਰ ਕੱਢਿਆ ਪਿਆ ਸੀਗਾ ਯਾਰ ਮੈਂ ਤੁਹਾਨੂੰ ਦੱਸਦਾ ਵਾ ਆਹ ਦੇਖੋ ਉਹ ਉੱਥੇ ਪਿਆ ਸੀ ਕੱਢਿਆ ਬਾਹਰ ਦਿਨਾ ਨਹੀਂ ਤੁਹਾਨੂੰ ਉਹ ਦੇਖੋ ਇੱਥੇ ਇਹਨਾਂ ਦੇ ਨਾ ਆ ਬਾਹਰ ਜਿੱਥੇ ਬੈਠੀਆਂ ਅਤੇ ਬਾਹਰ ਕੱਢਿਆ ਪਿਆ ਸੀਗਾ ਯਾਰ ਸੋ ਤਾਂ ਕਰਕੇ ਫਿਰ ਬਈ ਠੰਡ ਇੰਨੀ ਆ ਅਤੇ ਫਿਰ ਮਰਨਾ ਤਾਂ ਸੀਗਾ ਹੀ ਬਣਦਾ ਹੈ ਨਾ ਚਲੋ ਬਈ ਹੁਣ ਆਪਾਂ ਤਾਂ ਕੀ ਕਰ ਸਕਦੇ ਹਾਂ ਨਾ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਸੀ ਮੈਂ ਤਾਂ ਤੰਗ ਅੰਦਰ ਰੱਖਿਆ ਸੀ ਅਤੇ ਫਿਰ ਮੈਂ ਫਿਰ ਇੱਧਰ ਰੱਖਤਾ ਸੀ ਮੈਂ ਕਿਹਾ ਚੱਲ ਹੁਣ ਇਹਨਾਂ ਦੇ ਲਈ ਮਾਂ ਪਿਓ ਥੱਲੇ ਰਾਤੀ ਅਤੇ ਆਹ ਬਾਬੇ ਆਪਾਂ ਜੋੜਾ ਬਦਲਿਆ ਠੀਕ ਹੈ ਨਾ ਜੋੜਾ ਬਦਲਿਆ ਆਹ ਜਿਹੜੀ ਪੱਠੀ ਲੈ ਕੇ ਜਾਂਦੀ ਆ ਕਬੂਤਰੀ ਇਹਦੇ ਨਾ ਜੋੜਾ ਕਢਾਉਣਾ ਬੱਚੇ ਕਢਾਉਣੇ ਆਪਾਂ ਲਾਵਾਂਗੇ ਸਿਉਂਕ ਨਾ ਤਿੰਨ ਹਿੱਸੇ ਸਿਉਂਕ ਹੀ ਲੱਗੂ ਇੱਥੋਂ ਛਤਰੀਆਂ ਛੁਰੀਆਂ ਅੱਜ ਤਾਂ ਆਪਣਾ ਕੁਛ ਨਹੀਂ ਕਰ ਸਕਦੇ ਬਾਬੇ ਕਿਉਂਕਿ ਨਾ ਠੰਡ ਹੈ ਗਿੱਤਾ ਹੁੰਦਾ ਹੈ ਅਤੇ ਕੁਛ ਵੀ ਕਰਨ ਯੋਗ ਨਹੀਂ ਇੱਕ ਯਾਰ ਤੁਹਾਨੂੰ ਮੈਂ ਸੱਚ ਪੁੱਛਣਾ ਸੀ ਇੱਕ ਗੱਲ ਆਹ ਖੁੱਡਾ ਲੱਕੜ ਵਾਲਾ ਜਿਹੜਾ ਅਤੇ ਬਈ ਇਹਨੂੰ ਆਪਾਂ ਉਹ ਕੋਠੇ ਦੇ ਉੱਥੇ ਰੱਖਣਾ ਕੋਠੇ 'ਤੇ ਲਿਆ ਕੇ ਉੱਥੇ ਕਿਵੇਂ ਰੱਖੀਏ ਮੈਨੂੰ ਕੁਝ ਦੱਸੋ ਆਈਡੀਆ ਕਮੈਂਟ ਕਰਕੇ ਜ਼ਰੂਰ ਵੀ ਇਹਨੂੰ ਤਾਂ ਕਿਵੇਂ ਲੈ ਕੇ ਜਾਈਏ ਓਕੇ ਅਤੇ ਚਲੋ ਠੀਕ ਆ ਫਿਰ ਮਿਲਦੇ ਹਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਦਾ ਕਰੋ ਬਾਏ ਬਾਏ ਜਸਕਰ ਲੋਡੇ।